ਦੇਖੋ ਦੁਨੀਆ ਬਣਾਉਣੀ ਰੱਬ ਦਾ ਕੰਮ ਹੈ। ਤੁਸੀਂ ਆ ਅਸੀਂ 2.5 ਘੰਟੇ ਦੀ ਦੁਨੀਆ 'ਚ ਉਹਦੀ ਨਕਲ ਕਰਦੇ ਹਾਂ ਅਤੇ ਇਹ 'ਚ ਤਾਂ ਗਲਤੀਆਂ ਹੋਣਗੀਆਂ, ਬੇਸ਼ੁਮਾਰ ਹੋਣਗੀਆਂ, ਕਿਉਂਕਿ ਇੰਨੀਆਂ ਬਰੀਕੀਆਂ ਅਸੀਂ ਨਹੀਂ ਸੁਣੀਆਂ ਸੀਗੀਆਂ ਅਤੇ ਨਾ ਹੀ ਜਾਣਦੇ ਸੀਗੇ। ਸੋ ਬੜੀ ਕਮਾਲ ਦੀ ਫਿਲਮ ਆ। ਬਾਕੀ ਸਾਡੇ ਪਿੰਡਾਂ ਦੀ ਆ ਜੋ ਉਹਦੇ ਵਿੱਚ ਹੈਗਾ, ਇੱਜ਼ਤ ਦੇ ਨਾਲ ਨਹੀਂ ਖੇਡਣਾ ਚਾਹੀਦਾ ਪਰਿਵਾਰ ਦੇ। ਅਸੀਂ ਦੇਖਣ ਜਾਣਾ ਸੀ, ਕਈ ਦਿਨਾਂ ਤੋਂ ਰੋਕੀ ਜਾਂਦੀ, ਕਹਿੰਦੇ ਆਪਾਂ ਇਕੱਠੇ ਦੇਖਾਂਗੇ। ਬੱਬੂ ਬਾਈ ਦੇ ਕੋਕਰ ਬਹੁਤ ਸੋਹਣਾ ਕੀਤਾ, ਜੱਗ ਬਾਈ ਨੇ ਵੀ ਅਤੇ ਬੱਬੂ ਬਾਈ ਹੋਰਾਂ ਦਾ ਵੀ ਅਤੇ ਬਾਕੀ ਸਾਰੀ ਕਾਸਟ ਦਾ ਸਾਰਿਆਂ ਨੇ ਬਹੁਤ ਸੋਹਣਾ ਕੰਮ ਕੀਤਾ। ਜਿਹੜੀ ਬਲਵੀਰੋ ਭਾਬੀ ਬਣੀ ਹੈ, ਹੁਣ ਬਹੁਤ ਡੀਸੈਂਟ ਰੋਲ ਕੀਤਾ, ਰੀਅਲੀ ਆਈ ਐਪਰੀਸ਼ੀਏਟ। ਕੀ ਮਾਨ ਸਾਹਿਬ ਨਾਲ ਬੈਠ ਕੇ ਵੇਖਣਾ ਇੱਕ ਅਲੱਗ ਫੀਲ ਸੀਗਾ ਜੋ ਤੁਸੀਂ ਉੱਥੇ ਮਹਿਸੂਸ ਕਰ ਰਹੇ ਸੀ? ਹਾਂ ਓਬਵੀਅਸਲੀ ਹੁਣ ਪੜਦੇ ਦੇ ਸੀਗੇ, ਨਾਲ ਬੈਠੇ ਹੀ ਦੇਖਿਆ। ਅਸੀਂ ਦੇਖਣ ਜਾਣਾ ਸੀ, ਕਈ ਦਿਨਾਂ ਤੋਂ ਰੋਕੀ ਜਾਂਦੀ, ਕਹਿੰਦੇ ਆਪਾਂ ਇਕੱਠੇ ਦੇਖਾਂਗੇ। ਸੋ ਅੱਜ ਮੌਕਾ ਮਿਲਿਆ, ਦੇਖਿਆ, ਵਧੀਆ ਲੱਗਿਆ। ਐਲੀ ਮੰਗਟ ਨੂੰ ਦੇਖਣ ਲਈ ਸਾਰੇ ਵੇਟ ਕਰ ਰਹੇ ਆ। ਕਰਾਂਗੇ ਕਰਾਂਗੇ, ਹਲੇ ਨਹੀਂ, ਬਾਈ ਨਾਲ ਹੀ ਕਰੂੰ ਜਿੱਦਣ ਕਰੀ ਬੱਬੂ ਮਾਨ ਜੀ। ਹਾਂ ਬਾਈ ਨਾਲ ਹੀ ਅਮਤੋਈ ਭਾਜੀ ਨੂੰ ਹੁਣ ਕਹਾਂਗੇ, ਭਾਜੀ ਆਓ ਤੁਸੀਂ ਇੱਕ ਮਿੰਟ ਆਓ ਤੁਸੀਂ, ਮੈਂ ਉਦਣ ਫਿਲਮ ਕਰੂੰਗਾ ਜਿੱਦਣ ਬਾਈ ਮੈਨੂੰ ਆਪਣੀ ਫਿਲਮ ਚ ਲਾਉਂਦਾ। ਸਾਰਾ ਕ੍ਰੈਡਿਟ ਬਾਈ ਨੂੰ ਜਾਂਦਾ। ਕੀ ਹਾਲ ਚਾਲ ਨੇ? ਬਹੁਤ ਵਧੀਆ। ਸੁੱਚਾ ਸੂਰਮਾ ਫਿਲਮ ਵੇਖ ਕੇ ਕਿੱਦਾਂ ਦਾ ਫੀਲ ਕਰ ਰਹੇ? ਬਹੁਤ ਵਧੀਆ ਸਰ ਦੀ, ਬਹੁਤ ਵਧੀਆ ਡਾਇਰੈਕਸ਼ਨ ਹੈ, ਬੱਬੂ ਜੀ ਨੇ ਬਹੁਤ ਵਧੀਆ ਕੰਮ ਕੀਤਾ ਹੈ, ਸਾਗਾ ਨੇ ਪ੍ਰੋਡਿਊਸ ਕੀਤੀ ਹੈ, ਸੁਮਿਤ ਸਰ ਨੇ ਵੀ ਬਹੁਤ ਵਧੀਆ ਫਿਲਮ ਪ੍ਰੋਡਿਊਸ ਕੀਤੀ ਹੈ। ਸੋ ਸਾਰੀ ਆਲ ਟੀਮ ਵਰਕ ਆ, ਔਰ ਸਾਰੇ ਕਰੈਕਟਰ ਲੱਗ ਰਹੇ ਸੀਗੇ, ਔਰ ਪੁਰਾਣਾ ਪੰਜਾਬ ਦੇਖਣ ਲਈ ਮਿਲਿਆ, ਔਰ ਉਹ ਹਮੇਸ਼ਾ ਹੀ ਹਾਣੀ ਦੇ ਵਿੱਚ ਵੀ ਮਿਲਿਆ ਸੀਗਾ, ਔਰ ਹਾਣੀ ਤੋਂ ਇੰਸਪਾਇਰ ਹੋ ਕੇ ਅੰਗਰੇਜ਼ ਬਣੀ ਸੀਗੀ, ਔਰ ਆਈ ਹੋਪ ਕਿ ਇਸ ਤੋਂ ਵੀ ਇਨਕਰੇਜ ਹੋ ਕੇ ਹੋਰ ਵਧੀਆ ਫਿਲਮਾਂ ਬਣ। ਯੂ ਆਰ ਫੀਮੇਲ, ਮੈਂ ਵੀ ਫੀਮੇਲ ਹਾਂ, ਬਲਬੀਰੋ ਦੇ ਕਿਰਦਾਰ ਨੂੰ ਤੁਸੀਂ ਕਿੱਦਾਂ ਵੇਖਦੇ ਹੋ? ਅਮਿਤੋਜ ਸਰ ਨੇ ਉਹਨੂੰ ਜਿੱਦਾਂ ਪ੍ਰੈਜ਼ੈਂਟ ਕੀਤਾ। ਵੇਖੋ ਇਹ ਜਿਹੇ ਕੇਸਿਸ ਹੁੰਦੇ ਆ ਸਰ, ਜੋ ਵੀ ਲਿਖਦੇ ਆ ਨਾ ਉਹ ਰਿਅਲਿਸਟਿਕ ਤੋਂ ਇੰਸਪਾਇਰ ਹੋ ਕੇ ਲਿਖਦੇ ਆ, ਔਰ ਮੈਨੂੰ ਲੱਗਦਾ ਕਿ ਜੋ ਉਹਦੇ ਵਿੱਚ ਹੈਗਾ, ਇੱਜ਼ਤ ਦੇ ਨਾਲ ਨਹੀਂ ਖੇਡਣਾ ਚਾਹੀਦਾ ਪਰਿਵਾਰ ਦੇ, ਔਰ ਜਿਸ ਤਰੀਕੇ ਦੇ ਨਾਲ ਜੋ ਸੋਚ ਹੈ, ਔਰ ਮੈਨੂੰ ਲੱਗਦਾ ਕਿ ਉਹ ਖਾਨਦਾਨੀ ਇੱਜ਼ਤਦਾਰ ਲੋਕਾਂ ਦੀ ਜਿਹੜੀ ਸੋਚ ਹੁੰਦੀ ਹੈ ਉਹ ਇਹੀ ਹੁੰਦੀ ਹੈ। ਥੈਂਕ ਯੂ ਸੋ ਮਚ, ਵੈਲਕਮ। ਬਹੁਤ ਵਧੀਆ ਫਿਲਮ ਹੈ, ਜ਼ਰੂਰ ਦੇਖਣੀ ਚਾਹੀਦੀ ਹੈ, ਕਿਉਂਕਿ ਐਕਸ਼ਨ ਥ੍ਰਿਲਰ ਆ, ਉੱਪਰੋਂ ਪੁਰਾਣਾ ਪੰਜਾਬ ਦਿਖਾਇਆ ਗਿਆ, ਪੀਰੀਓਡਿਕ ਮੂਵੀ ਆ। ਸੋ ਬਹੁਤ ਵਧੀਆ ਲੱਗਿਆ ਦੇਖ ਕੇ ਸਾਨੂੰ ਤਾਂ। ਹਾਂਜੀ ਐਗਜੈਕਟਲੀ, ਅਸੀਂ ਸੁਣੀ ਹੋਈ ਹੈ ਬਹੁਤ ਵਾਰੀ, ਪਰ ਬਿਲਕੁਲ ਨਵੇਂ ਐਂਗਲ ਤੋਂ ਪੇਸ਼ ਕੀਤੀ ਗਈ ਹੈ, ਕਿਉਂਕਿ ਇੰਨੀਆਂ ਬਰੀਕੀਆਂ ਅਸੀਂ ਨਹੀਂ ਸੁਣੀਆਂ ਸੀਗੀਆਂ ਅਤੇ ਨਾ ਹੀ ਜਾਣਦੇ ਸੀਗੇ। ਸੋ ਬੜੀ ਕਮਾਲ ਦੀ ਫਿਲਮ ਆ। ਬਾਕੀ ਸਾਡੇ ਪਿੰਡਾਂ ਦੀ ਆ, ਮੇਰਾ ਸੰਗਰੂਰ 'ਚ ਪਿੰਡ ਪੈਂਦਾ, ਸਾਡੇ ਪਿੰਡ ਤੋਂ ਸਮਾਹ ਬਹੁਤ ਨੇੜੇ ਆ, ਸੋ ਕਹਾਣੀਆਂ ਤਾਂ ਸੁਣਦੇ ਸੀਗੇ, ਪਰ ਔਰ ਸਿਮਰਨ ਵੀਰਾ ਖੜਾ ਜੀ, ਐਲੀ ਖੜਾ, ਇਹਨਾਂ ਨੂੰ ਵੀ ਪੁੱਛੋ ਕੁਛ ਮਾੜਾ ਮੋਟਾ ਜੀ, ਹਰ ਜੋ ਯਾਰ ਬਹੁਤ ਵਧੀਆ ਜੀ। ਸਾਡਾ ਇੱਕ ਪੁਰਾਣਾ ਨਾਇਕ ਹੈ ਪੰਜਾਬ ਦਾ, ਸੁੱਚਾ ਸੂਰਮਾ, ਮਤਲਬ ਕਿ ਉਹਨਾਂ ਨੂੰ ਜਿਸ ਢੰਗ ਨਾਲ ਦੁਬਾਰੇ ਨਵੇਂ ਪਰਪੇਖ ਦੇ ਵਿੱਚ ਡਿਪਿਕਟ ਕੀਤਾ, ਰੀਅਲੀ ਆਈ ਕੰਗਰੈਟਸ ਅਮਤੋਜ ਮਾਨ ਸਾਹਿਬ ਅਤੇ ਪਲੱਸ ਉਹਨਾਂ ਦੀ ਸਾਰੀ ਟੀਮ ਅਤੇ ਬੱਬੂ ਮਾਨ ਅਤੇ ਕੋਕਰ ਅਤੇ ਹੋਰ ਸਾਰੇ ਕਰੈਕਟਰ, ਈਵਨ ਦੈਨ ਕਿ ਜਿਹੜੀ ਬਲਵੀਰੋ ਭਾਬੀ ਬਣੀ ਹੈ ਹੁਣ ਬਹੁਤ ਡੀਸੈਂਟ ਰੋਲ ਕੀਤਾ, ਰੀਅਲੀ ਆਈ ਐਪਰੀਸ਼ੀਏਟ। ਕਹਾਣੀ ਸੀ ਨਵੀਂ, ਬਾਈ ਬੱਬੂ ਬਾਈ ਸੀਗੇ ਖਾਸ, ਅਤੇ ਰੋਲ ਸਭ ਤੋਂ ਵਧੀਆ ਕਿਹਦਾ ਲੱਗਿਆ ਤੁਹਾਨੂੰ? ਸਾਰਿਆਂ ਦਾ ਵਧੀਆ ਸੀਗਾ, ਜਿਹਦੇ ਜਿਹਦੇ ਹਿੱਸੇ ਜਿਹੜਾ ਜਿਹੜਾ ਕਰੈਕਟਰ ਆਇਆ ਸਾਰਿਆਂ ਨੇ ਬਹੁਤ ਸੋਹਣਾ ਕੰਮ ਕੀਤਾ। ਬੱਬੂ ਬਾਈ ਦੇ ਕੋਕਰ ਬਹੁਤ ਸੋਹਣਾ ਕੀਤਾ, ਜੱਗ ਬਾਈ ਨੇ ਵੀ ਅਤੇ ਬੱਬੂ ਬਾਈ ਹੋਰਾਂ ਦਾ ਵੀ ਅਤੇ ਬਾਕੀ ਸਾਰੀ ਕਾਸਟ ਦਾ ਸਾਰਿਆਂ ਨੇ ਬਹੁਤ ਸੋਹਣਾ ਕੰਮ ਕੀਤਾ, ਅਮਤੋਜ ਬਾਈ ਹੋਰਾਂ ਨੇ ਬਹੁਤ। ਬਸ ਵਧੀਆ ਦੇਖਦੇ ਹਾਂ, ਔਰ ਅਲੱਗ ਅਲੱਗ ਤਰ੍ਹਾਂ ਦੇ ਸਿਨੇਮੇ ਕਹਾਣੀਆਂ ਹੋਣੀਆਂ ਚਾਹੀਦੀਆਂ ਸਿਨੇਮੇ 'ਚ, ਸੋ ਹੋਰ ਵੱਡਾ ਹੋਊਗਾ, ਕਿਉਂਕਿ ਜਿਵੇਂ
ਅਸੀਂ ਉੱਧਰ ਗੱਲਾਂ ਕਰਦੇ ਹਾਂ ਜਿਵੇਂ ਬਾਹੂਬਲੀ ਬਣਦੀ ਜਾਂ ਮੌਲਾ ਜੱਟ ਬਣਦੀ ਆ, ਸਾਡੇ ਕੋਲ ਆਪਣੇ ਬਹੁਤ ਕਿਰਦਾਰ ਇੱਦਾਂ ਦੇ ਪਏ ਜਿਹਨਾਂ ਦੇ ਕੰਮ ਕਰਨ ਵਾਲਾ। ਸੋ ਬਹੁਤ ਸਾਰੀ ਟੀਮ ਵਧਾਈ ਦੀ ਪਾਤਰ ਆ, ਬਹੁਤ ਸੋਹਣਾ ਕੰਮ ਹੋਇਆ, ਬਹੁਤ ਹੀ ਡਿਟੇਲ ਨਾਲ ਕੰਮ ਕੀਤਾ। ਸੋ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ। ਗੱਲ ਇਹ ਹੈ ਟੋਟਲ ਕੁੱਲ ਮਿਲਾ ਕੇ ਕਿ ਸਾਡੀਆਂ ਪੰਜਾਬ ਦੀਆਂ ਕਹਾਣੀਆਂ, ਸਾਡੇ ਪੰਜਾਬ ਦੇ ਕਲਚਰ, ਜੋ ਸਾਡੀਆਂ ਵੰਨਗੀਆਂ ਨੇ, ਹਿਸਟਰੀ ਹੈ ਜਾਂ ਸਾਡੀਆਂ ਕਥਾਵਾਂ ਨੇ ਜਾਂ ਕਿੱਸੇ ਨੇ, ਉਹ ਜਿੰਨੇ ਬਾਹਰ ਆਉਣਗੇ ਸਾਡਾ ਕਲਚਰ ਰਿਚ ਹੈ ਜਿਹੜਾ, ਉਹ ਬਾਹਰ ਨਿਕਲ ਕੇ ਆਊਗਾ, ਦੁਨੀਆਂ ਨੂੰ ਪਤਾ ਲੱਗੂਗਾ। ਦੈਟਸ ਵੀ ਟ੍ਰਾਈ ਕਿ ਆਪਾਂ ਬਣਾ ਸਕਦੇ। ਸਰ ਇਨ ਫਿਊਚਰ ਅਸੀਂ ਬਹੁਤ ਵਾਰੇ ਫਿਲਮ ਵੇਖ ਲਈ ਹੋਗੀ, ਜਦੋਂ ਵੀ ਅਸੀਂ ਵੇਖਦੇ ਰਹਿੰਦੇ ਹਾਂ ਨਾ, ਕੁਛ ਨਾ ਕੁਛ ਅਜਿਹਾ ਸਾਹਮਣੇ ਆਉਂਦਾ ਹੈ, ਚਾਹੇ ਉਹ ਗਲਤੀ ਹੋਵੇ ਚਾਹੇ ਉਹ ਕੋਈ ਖੂਬੀ। ਸੋ ਬਾਰ ਬਾਰ ਫਿਲਮ ਵੇਖਦੇ ਹਾਂ ਕੁਛ ਅਜਿਹਾ ਜੋ ਤੁਸੀਂ ਗੇਨ ਕਰ ਰਹੇ ਹੋ। ਦੇਖੋ ਦੁਨੀਆਂ ਬਣਾਉਣੀ ਰੱਬ ਦਾ ਕੰਮ ਹੈ, ਤੁਸੀਂ ਆ ਅਸੀਂ 2.5 ਘੰਟੇ ਦੀ ਦੁਨੀਆਂ 'ਚ ਉਹਦੀ ਨਕਲ ਕਰਦੇ ਹਾਂ, ਅਤੇ ਇਹ 'ਚ ਤਾਂ ਗਲਤੀਆਂ ਹੋਣਗੀਆਂ, ਬੇਸ਼ੁਮਾਰ ਹੋਣਗੀਆਂ, ਔਰ ਉਹ ਕਦੇ ਵੀ ਕੋਈ ਮੁਕੰਮਲ ਉਸ ਤੋਂ ਬਿਨਾਂ ਹੈ ਹੀ ਨਹੀਂ ਗਾ। ਸਰ ਆਪਦੀਆਂ ਗਲਤੀਆਂ ਨੂੰ ਮਿਨੀਮਾਈਜ਼ ਕਰਦੇ ਜਾਓ ਹਮੇਸ਼ਾ। ਦੈਟ ਵੀ ਟਰਾਈ, ਇਸ 'ਚ ਵੀ ਉਹ ਟਰਾਈ ਕੀਤੀ ਹੈ, ਸ਼ਾਇਦ ਉਹ ਤੁਹਾਨੂੰ ਨੋਟਿਸ ਵੀ ਨਾ ਹੋਈਆਂ ਹੁਣ, ਮੈਨੂੰ ਪਤਾ ਲੱਗਦਾ ਰਹਿੰਦਾ, ਤਾਂ ਉਹ ਕਰਦੇ ਰਹੀਦਾ, ਹਮੇਸ਼ਾ ਕੋਸ਼ਿਸ਼ ਹੁੰਦੀ ਹੈ। ਬਾਕੀ ਉਹ ਤਾਂ ਇੱਕ ਕਰਤਾ ਤਾਂ ਕਰਤਾ, ਉਹਦੀ ਨਕਲ ਕਰੀ ਦੀ ਹੈ, ਇੱਕ ਦੁਨੀਆ ਛੋਟੀ ਜਿਹੀ ਬਣਾਈ ਦੀ ਹੈ 2.5 ਘੰਟੇ ਦੀ, ਐਂਡ ਵੀ ਟਰਾਈ ਕਿ ਉਹਨੂੰ ਜਿੰਨਾ ਕੁ ਨੈਚੁਰਲ ਔਰ ਉਹਦੇ ਨੇੜੇ ਦਾ ਬਣਾ ਸਕੀਏ। ਡੈਫੀਨੇਟਲੀ, ਕਿਉਂ ਨਹੀਂ ਬਣਾਉਣੀਆਂ। ਅਸਲ ਜੇ ਅਸੀਂ ਰੀਜਨਲ ਫਿਲਮ ਬਣਾ ਰਹੇ ਹਾਂ ਤਾਂ ਸਾਡੀ ਮਿੱਟੀ ਦੀ ਖੁਸ਼ਬੂ ਤਾਂ ਆਵੇ ਉਹਦੇ 'ਚ, ਅਤੇ ਮਿੱਟੀ ਦੀ ਖੁਸ਼ਬੂ ਇਹਨਾਂ ਗੱਲਾਂ 'ਚ ਹੀ ਆਉਂਦੀ ਹੈ ਜੇ ਉਹ ਨਹੀਂ ਆਉਣਗੀਆਂ। ਹਾਂਜੀ, ਇਹ ਤੁਹਾਨੂੰ ਅੱਗੇ ਵੀ ਨਹੀਂ ਲੱਗਣੀ ਸੀ 5 ਸਾਲ ਭਲਾ ਬਾਅਦ 'ਚ ਵੀ ਕਰਦੇ ਤਾਂ, ਕਿਉਂਕਿ ਇੱਕ ਤਾਂ ਹਿਸਟਰੀ 'ਤੇ ਬੇਸਡ ਹੈ ਕਹਾਣੀ, ਹੈ ਨਾ, ਔਰ ਇੱਕ ਟੈਕਨੀਕਲੀ ਅਸੀਂ ਥੋੜ੍ਹੀ ਜਿਹੀ ਐਡਵਾਂਸ ਬਣਾਈ ਸੀ, ਦੈਟਸ ਵਾਈ ਲੱਗ ਨਹੀਂ ਰਿਹਾ। ਥੈਂਕ ਗੋਡ, ਉਦੋਂ ਨਹੀਂ ਸੋਚਿਆ ਸੀ ਲੇਟ ਹੋਊਗੀ, ਬਟ ਵੀ ਟਰਾਈ ਆਵਰ ਬੈਸਟ। ਕਰੋਗੀ ਕਰੋਗੀ ਕਰੋਗੀ, ਬਿਲਕੁਲ ਕਰੋਗੀ, ਔਰ ਮੈਂ ਤੁਹਾਨੂੰ ਅਸਲ ਇੰਟਰੋਡਕਸ਼ਨ, ਇੱਧਰ ਆਓ ਪ੍ਰਫੈਸ਼ਨਲ ਸਿੰਘ, ਆਓ ਇੱਧਰ ਪਲੀਜ਼, ਆ ਕਿਰਨ ਬੇਟਾ ਇੱਧਰ। ਇਹ ਉਹ ਲੋਕ ਨੇ ਜਿਨ੍ਹਾਂ ਕਰਕੇ ਮੈਂ ਕਲਚਰ ਚਿਤਰ ਸਕਿਆ। ਇਹ ਕਿਰਨ ਹੈ ਜੋ ਗਿੱਧੇ ਦੇ ਵਿੱਚ ਸਾਰੇ ਜਿੰਨੇ ਸੰਗੀਤਮਈ ਚੀਜ਼ਾਂ ਸੀਗੀਆਂ ਮੈਂ ਇਹਨਾਂ ਦੀ ਮਦਦ ਨਾਲ ਹੀ ਸਿਰੇ ਚਾੜ ਪਾਇਆ। ਦੈਟ ਵੀ ਲਵ ਦੈਟ, ਇਹ ਇਹਨਾਂ ਕਰਕੇ ਉਹ ਪਾਇਆ, ਇਹ ਸਾਰੇ ਲੋਕ ਹੀਰੋ ਨੇ, ਹੈ ਨਾ ਕਿਰਨ, ਇਹ ਇਹ ਪਿੱਛੇ ਰਹਿ ਜਾਂਦੇ ਨੇ ਪੜਦੇ ਨੇ, ਇਹਨਾਂ ਕਰਕੇ ਕਰ ਪਾਏ ਆ ਸਾਰਾ ਕੁਛ।